ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਨੀਲੀ ਬ੍ਰਾਂਡ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਸਜਾਦ ਅਖਤਰ। ਦੋਸਤੋ, ਸਭ ਤੋਂ ਪਹਿਲਾਂ ਸਾਡੇ ਚੈਨਲ ਕੋਲ ਸਬਸਕ੍ਰਾਈਬ ਔਰ ਨਾਲ ਲੱਗੇ ਬੈੱਲ ਆਈਕੋਨ ਦੇ ਬਟਨ ਕੋਲ ਪ੍ਰੈਸ ਤੱਕ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਭਰਾਵਾਂ ਤੱਕ ਬਆਸਾਨੀ ਪਹੁੰਚੇ ਔਰ ਵੀਡੀਓ ਵੇਖਣ ਸਭ ਤੋਂ ਪਹਿਲੇ। ਅੱਜ ਦੋਸਤਾਂ ਦੀ ਨਜ਼ਰ ਜਨਾਬ ਦੂਜਨ ਛੋਟੀ ਦੀ ਚੁਆਈ ਲੈ ਕੇ ਹਾਜ਼ਰ ਹੋਏ ਹਾਂ ਜਨਾਬ। ਉਮੀਦ ਹੈ ਵੀਰਾਂ ਨੂੰ ਪਸੰਦ ਆਵੇਗੀ ਇਨਸ਼ਾਅੱਲਾ। ਦੂਸਰੀ ਚੁਆਈ ਕਰਦੇ ਪਏ ਜਨਾਬ, ਇਹਦੀ ਬੋਲਾ ਜਨਾਬ ਇਹਦੇ ਥੱਲੇ ਦੂਸਰੀ ਚੁਆਈ ਇਹਦੇ ਜਨਾਬ। ਵੀਰਾਂ ਭਰਾਵਾਂ ਦੀ ਨਜ਼ਰ ਹੋ ਜਾਏਗਾ, ਸਭ ਕੁਛ ਓਕੇ ਹੋ ਜਾਏਗਾ। ਜੋ ਕੁਛ ਵੀ ਇਹਦੇ ਥੱਲੋਂ ਨਿਕਲੇਗਾ ਦੁੱਧ, ਜਿੰਨਾ ਵੀ ਹੋਏਗਾ ਅਗਲੇ ਥਣਾਂ 'ਚੋਂ ਪਿਛਲੇ ਥਣਾਂ 'ਚੋਂ, ਸਾਰਾ ਮੇਰੇ ਭਰਾਵਾਂ ਦੇ ਸਾਹਮਣੇ ਆ ਜਾਏਗਾ। ਅਗਰ ਕਿਸੇ ਵੀਰ ਭਰਾ ਨੂੰ ਜਾਨਵਰ ਪਸੰਦ ਆਉਂਦਾ, ਸਾਡੇ ਨਾਲ ਰਾਬਤਾ ਕਰੋ ਜਨਾਬ, ਅਤੇ ਮਿਹਰਬਾਨੀ ਕਰਕੇ ਜਨਾਬ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਲਾਜ਼ਮੀ ਕਰੋ, ਕਮੈਂਟ ਕਰੋ, ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਦਿਓ ਜਨਾਬ। ਬੱਚਾ ਥੱਲੇ ਲੱਗਿਆ ਹੈ ਜਨਾਬ, ਵੀਰਾਂ ਭਰਾਵਾਂ ਦੇ ਸਾਹਮਣੇ ਤਸੱਲੀਆਂ ਕਰ ਸਕਦੇ ਨੇ। ਖਾਲੀ ਬਾਲਟੀ ਚੈੱਕ ਕਰ ਸਕਦੇ ਹੋ, ਇਹ ਦੂਸਰੀ ਮੱਝ ਚੋਈ ਸੀ ਅਤੇ ਉਹਦੀ ਵਿੱਚ ਜਨਾਬ ਥੋੜ੍ਹਾ ਜਿਹਾ ਦੁੱਧ ਲੱਗਿਆ ਹੈ। ਦੁਬਾਰਾ ਮਜ਼ੀਦ ਵਿਖਾ ਦਿੰਦੇ ਆਪਾਂ, ਦੁਬਾਰਾ ਜਨਾਬ ਤਸੱਲੀਆਂ ਚੈੱਕ ਕਰਾ ਦਿੰਦੇ ਹਾਂ। ਇਹ ਚੈੱਕ ਕਰ ਸਕਦੇ ਜਨਾਬ, ਖਾਲੀ ਬਾਲਟੀ ਵੇਖ ਲਓ ਜਨਾਬ, ਤਸੱਲੀਆਂ ਕਰਾਵਾਂਗੇ ਮੇਰੇ ਭਰਾਵਾਂ ਨੂੰ। ਚੁਆਈ ਵੇਖ ਲਓ, ਤਾਰ ਵੇਖ ਲਓ, ਸਾਫ਼ ਅਤੇ ਸੋਹਣੀ ਜਨਾਬ, ਕਿਸੇ ਕਿਸੇ ਪਸਮਾ ਬੜਾ ਸੋਹਣਾ, ਬੜਾ ਸੋਹਣਾ ਥਣ ਲੱਗਿਆ ਪੂਰੀਆਂ ਵਿਰਲਾਂ 'ਤੇ, ਥੱਬਿਆਂ ਦੇ ਆਵਾਨੇ ਨੇ ਇਹਦੇ ਥੱਲੇ ਜਨਾਬ। ਤਸੱਲੀਆਂ ਕਰੋ, ਚੈੱਕ ਕਰੋ ਜਨਾਬ। ਮੇਰਾ ਵੀਰ ਭਰਾ ਕੋਈ ਇਹ ਨਾ ਕਵੇ ਕਿ ਸਾਨੂੰ ਤਸੱਲੀ ਨਹੀਂ ਕਰਾਈ। ਚੁਆਈ ਸਭ ਕੁਛ ਓਕੇ, ਹਰ ਸ਼ੈ ਵਿਖਾਵਾਂਗੇ ਜਨਾਬ, ਕਿੰਨਾ ਦੇ ਥੱਲੇ ਦੁੱਧ ਹੈ। 10 ਕਿਲੋ ਵਾਲਾ ਬਾਲਟਾ ਹੈ ਜਨਾਬ ਇਹਦੇ ਥੱਲੇ ਜਿਹੜਾ ਰੱਖਿਆ, ਅਤੇ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਨੇ, ਤਸੱਲੀਆਂ ਕਰ ਸਕਦੇ ਨੇ। ਅਗਰ ਕੋਈ ਵੀਰ ਭਰਾ ਮੌਕੇ 'ਤੇ ਆਉਣਾ ਚਾਹੇ ਤਾਂ ਜਨਾਬ ਮੌਕੇ 'ਤੇ ਆ ਸਕਦਾ, ਜਾਨਵਰ ਵੇਖ ਸਕਦਾ, ਪਸੰਦ ਕਰ ਸਕਦਾ, ਚੁਆਈ ਕਰ ਸਕਦਾ, ਇੱਕ ਚੁਆਈਆਂ ਕਰੇ, ਦੋ ਚੁਆਈਆਂ ਕਰੇ, ਅਸੀਂ ਜਨਾਬ ਕਰਾਵਾਂਗੇ। ਅਗਰ ਕੋਈ ਮੇਰਾ ਵੀਰ ਭਰਾ ਪੂਰੇ ਪਾਕਿਸਤਾਨ ਦੇ ਵਿੱਚ ਔਨਲਾਈਨ ਜਾਨਵਰ ਮੰਗਾਵੇ, ਅਸੀਂ ਤਾਬੇਦਾਰ ਹਾਂ, ਵੀਰਾਂ ਭਰਾਵਾਂ ਨੂੰ ਜ਼ਰੂਰ ਪਹੁੰਚਾਵਾਂਗੇ। ਜਿੱਥੇ ਵੀ ਕਹਿਣਗੇ ਜਾਨਵਰ ਵੀਰਾਂ ਦੇ ਘਰੇ ਪਹੁੰਚੇਗਾ। ਇਸ ਜਾਨਵਰ ਦੀ ਡਿਮਾਂਡ ਹੈ ਜੀ ਜਨਾਬ 2,90,000 ਰੁਪਇਆ। ਦੂਜਣ ਝੋਟੀ ਹੈ, ਪਿੱਛੇ ਦੇ ਕੱਟੀ ਹੈ ਜਨਾਬ, 2,90,000 ਰੁਪਇਆ ਡਿਮਾਂਡ ਹੈ ਇਹਦੀ ਸਰਕਾਰ। ਮਸਜਿਦਾਂ ਦੇ ਵਿੱਚ ਪਿਆਰ ਮੁਹੱਬਤ ਹੋ ਜਾਏਗਾ, ਮਾਲਕਾਂ ਦਾ ਕਹਿਣਾ। ਅਗਰ ਕਿਸੇ ਵੀਰ ਭਰਾ ਨੂੰ ਪਸੰਦ ਆ ਦੀਏ, ਸਾਡਾ ਰਾਬਤਾ ਨੰਬਰ ਹੈ ਜਨਾਬ 0304-55-44-153। ਅਗਰ ਕਿਸੇ ਵੀਰ ਭਰਾ ਨੂੰ ਮੱਝ ਪਸੰਦ ਆ ਦੀਏ ਲੈ ਸਕਦਾ, ਇਹ ਸਾਡਾ ਜਨਾਬ ਰਾਬਤਾ ਨੰਬਰ ਹੈ 0304-55-44-153। ਵਟਸਐਪ ਨੰਬਰ ਹੈ ਜੀ, ਕਾਲ ਨੰਬਰ ਹੈ ਅਗਲੇ ਥਾਣਾ ਦਾ ਦੁੱਧ ਜਨਾਬ, ਤਸੱਲੀਆਂ ਕਰ ਲਓ, ਚੈੱਕ ਕਰ ਲਓ। ਹੁਣ ਪਿਛਲੇ ਥਣ ਸ਼ੁਰੂ ਹੋ ਗਏ ਨੇ ਜਨਾਬ, 10 ਕਿਲੋ ਵਾਲਾ ਬਾਲਟਾ ਦੇ ਥੱਲੇ ਰੱਖਿਆ ਜਨਾਬ। 24 ਘੰਟੇ ਜਨਾਬ ਸਾਡਾ ਔਨਲਾਈਨ ਦਾ ਵਟਸਐਪ ਅਤੇ ਕਾਲ ਨੰਬਰ ਵੀ ਔਨ ਹੈ 24 ਘੰਟੇ ਜਨਾਬ, 0304-55-44-153। ਇੱਕ ਵਾਰੀ ਫਿਰ ਭਰਾਵਾਂ ਦੱਸ ਦਈਏ ਜਨਾਬ, ਇਹਦੀ ਡਿਮਾਂਡ ਹੈਗੀ ਹੈ 2,90,000 ਰੁਪਇਆ, ਮਸਜਿਦਾਂ ਦੇ ਵਿੱਚ ਪਿਆਰ ਮੁਹੱਬਤ ਹੋ ਜਾਏਗਾ। ਦੂਜਣ ਚੋਟੀ ਹੈ ਜਨਾਬ, ਤਸੱਲੀਆਂ ਕਰਾਵਾਂਗੇ ਪੂਰੀ ਚੁਆਈ ਦੀਆਂ, ਬੱਚੇ ਨੂੰ ਵੀ ਦੁੱਧ ਛੱਡਾਂਗੇ ਇਨਸ਼ਾਅੱਲਾ ਜਨਾਬ, ਸਾਰਾ ਮੇਰੇ ਵੀਰਾਂ ਭਰਾਵਾਂ ਦੇ ਸਾਹਮਣੇ ਆ ਜਾਏਗਾ। ਚੈੱਕ ਕਰ ਸਕਦੇ, ਬੜਾ ਸੋਹਣਾ ਚੁਆਇਆ ਜਨਾਬ, ਚੈੱਕ ਕਰੋ ਜਨਾਬ, ਬੜੀ ਪੋਲੀ ਜਨਾਬ, ਪੋਲੀ ਮੱਝ ਜਨਾਬ, ਇਹ ਚੁਆ ਬੜਾ
ਬੱਚਾ ਬਹਿ ਕੇ ਚੋ ਸਕਦਾ, ਚੈੱਕ ਕਰ ਸਕਦੇ ਹੋ, ਸਕੂਨ ਨਾਲ ਖਲੀਏ ਬਗੈਰ ਵੰਗੇ ਤੋਂ। ਸਾਡੀ ਲੋਕੇਸ਼ਨ ਹੈ ਜਨਾਬ ਜ਼ਿਲ੍ਹਾ ਪਾਕਪਤਨ, ਤਹਿਸੀਲ ਹਰਵਾਲਾ, ਆਰਫ ਵਾਲੇ ਤੋਂ ਤਕਰੀਬਨ 10 ਕਿਲੋਮੀਟਰ ਦੇ ਫਾਸਲੇ 'ਤੇ ਖੜੀ ਹੈ ਜਨਾਬ। ਮੱਝ ਘਰੇਲੂ ਮੱਝ ਹੈ ਜਨਾਬ, ਘਰ ਦੇ ਵਿੱਚ ਖੜੀ ਹੋਈ ਹੈ, ਕਿਸੇ ਦੇ ਘਰ ਦੀ ਸਾਂਭੀ ਮੱਝ ਹੈ ਜਨਾਬ। ਥੋੜ੍ਹੀ ਜਿਹੀ ਕਮਜ਼ੋਰ ਜ਼ਰੂਰ ਹੈ, ਕਮਜ਼ੋਰ ਇਸ ਤਰ੍ਹਾਂ ਤਾਂ ਕਿਉਂਕਿ ਘਰ ਦੇ ਵਿੱਚ ਮੌਸਮ ਖਰਾਬ ਹੈ, ਬਾਰਿਸ਼ਾਂ ਪੈ ਰਹੀਆਂ ਨੇ ਜਨਾਬ, ਅਤੇ ਘਰ ਦੇ ਵਿੱਚ ਖੜੀ ਹੈ, ਜਗ੍ਹਾ ਨਹੀਂ ਹੁੰਦੀ ਬੰਨਣ ਨੂੰ ਮਾੜੇ ਲੋਕਾਂ ਦੇ ਘਰਾਂ 'ਚ। ਅਤੇ ਇਸ ਵਜ੍ਹਾ ਤੋਂ ਜਨਾਬ ਜਿਹੜੀ ਇਹਦਾ ਥੋੜ੍ਹੀ ਜਿਹੀ ਤੁਹਾਡੀ ਨਜ਼ਰ ਸਾਹਮਣੇ ਆ ਜਾਏਗੀ, ਸਾਰੀਆਂ ਤਸੱਲੀਆਂ ਕਰਾਵਾਂਗੇ ਮੱਝ ਦੀਆਂ ਜਨਾਬ। ਦੂਜਣ ਝੋਟੀ ਜਨਾਬ, ਦੁੱਧ ਚੈੱਕ ਕਰ ਸਕਦੇ ਹੋ, 10 ਕਿਲੋ ਵਾਲਾ ਬਾਲਟ ਹੈ, ਇਹ ਗਰਮ ਦੁੱਧ ਹੈ ਜਨਾਬ। ਇਹ ਜਦੋਂ ਜਨਾਬ ਭਾਈ ਉਰੇ ਬੰਦ ਕਰਨਗੇ ਚੁਆਈ ਜਾਂਦੀ, ਉਦੋਂ ਵੀਰਾਂ ਨੂੰ ਦੱਸਾਂਗੇ ਜੀ ਸਾਰਾ ਇਹਦੇ ਥੱਲੇ ਦੁੱਧ ਇਹ ਹੈਗਾ ਜਨਾਬ, ਇੰਨੀ ਇਹਦੇ 'ਤੇ ਚੱਗ ਗਏ ਅਤੇ ਇੰਨਾ ਦੁੱਧ ਹੋਏਗਾ ਇੱਕ ਟਾਈਮ ਦੇ ਇਹਦੇ ਥੱਲੇ। ਬਾਰਿਸ਼ਾਂ ਬਹੁਤ ਪੈ ਰਹੀਆਂ ਨੇ ਇਸ ਇਲਾਕੇ 'ਚ, ਇਸ ਵਜ੍ਹਾ ਤੋਂ ਜਾਨਵਰ ਅੱਛੀ ਤਰ੍ਹਾਂ ਨਹੀਂ ਮਾੜੇ ਲੋਕਾਂ ਕੋਲੋਂ ਸੰਭਾਏ ਜਾਂਦੇ। ਇਹ ਜਨਾਬ ਚੈੱਕ ਕਰ ਸਕਦੇ ਹੋ, ਕੱਟੀ ਨੂੰ ਛੱਡਿਆ ਚਾਰੇ ਥਣਾਂ ਦੇ ਵਿੱਚ ਦੁੱਧ, ਇਹ 10 ਕਿਲੋ ਵਾਲਾ ਬਾਲਟ ਹੈ ਜਨਾਬ, ਤਕਰੀਬਨ ਇਹਦੇ 'ਤੇ 2 ਕਿਲੋ 1.5 ਕਿਲੋ ਚੱਗ ਹੋਣੀ ਹੈ ਸਰਕਾਰ। ਇਹ ਭਾਈਜਾਨ 7 ਕਿਲੋ ਦੁੱਧ ਇੱਕ ਟਾਈਮ ਦੇ ਥੱਲੇ ਹੈ ਜਨਾਬ। ਮਾਲਕਾਂ ਦਾ ਕਹਿਣਾ ਅਸੀਂ 2 ਟਾਈਮ 12 ਲੀਟਰ ਚੁਆਵਾਂਗੇ, ਲੇਕਿਨ 10 ਕਿਲੋ ਬਾਲਟਾ ਤੁਸੀਂ ਵੇਖ ਸਕਦੇ ਹੋ, ਇਹ ਕੱਟੀ ਛੱਡ ਰਹੇ ਨੇ ਜਨਾਬ ਥੱਲੇ, ਜਿਹੜਾ ਦੁੱਧ ਇਹਦੇ ਥੱਲੇ ਹੈ ਉਹ ਸਾਰਾ ਤਸੱਲੀਆਂ ਕਰਾਵਾਂਗੇ ਜਨਾਬ। ਇਹ ਬਾਲਟਾ ਚੈੱਕ ਕਰ ਸਕਦੇ ਹੋ, 10 ਕਿਲੋ ਵਾਲਾ ਬਾਲਟਾ ਜਨਾਬ, ਤਕਰੀਬਨ 1.5 ਕੁ ਕਿਲੋ ਇਹਦੇ ਚੱਗ ਗਏ, ਜ਼ਿਆਦਾ ਤੋਂ ਜ਼ਿਆਦਾ ਜਨਾਬ ਇਹਦੇ 'ਤੇ 1.5 ਕਿਲੋ ਚੱਗ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਚੱਗ ਨਹੀਂ ਦੀ, ਕਿਉਂਕਿ ਗਰਮ ਦੁੱਧ ਹੈ। ਠੰਡਾ ਦੁੱਧ ਤਕਰੀਬਨ 7 ਲੀਟਰ ਆਇਆ, ਲੇਕਿਨ ਮਾਲਕ ਕਹਿੰਦੇ ਨੇ ਅਸੀਂ ਇੱਕ ਟਾਈਮ ਦੀ ਗਰੰਟੀ ਦਿਆਂਗੇ 6 ਲੀਟਰ ਦੀ। ਇਹ ਮੱਝ ਚੈੱਕ ਕਰ ਸਕਦੇ ਹੋ, ਇਹ ਘਰ 'ਚ ਬੰਨੀ ਹੋਈ ਸੀ ਜਨਾਬ, ਪਹਿਲੇ ਮੋਹਰੀ ਪਾਈ ਸੀ, ਦੂਜਣ ਝੋਟੀ ਹੈ, ਸਿਰਫ ਬਾਰਿਸ਼ਾਂ ਦੀ ਵਜ੍ਹਾ ਤੋਂ ਕਮਜ਼ੋਰ ਹੈ, ਪੂਰਾ ਵਜੂਦ ਤੁਸੀਂ ਵੇਖ ਚੁੱਕਿਆ, ਇਹਦੇ ਥੱਲੇ ਲਿਬਾਸ ਵੀ ਬੜਾ ਸੋਹਣਾ ਹੈ। ਇਹਦੀ ਲੱਤ ਸਿੱਧੀ ਕਰਾਵਾਂਗੇ ਅਤੇ ਵਿਖਾਵਾਂਗੇ ਭਰਾਵਾਂ ਨੂੰ, ਕਿਉਂਕਿ ਮੱਝ ਚੁਆਈ ਦੇ ਹਾਲਾਤ 'ਚ ਖੜੀ ਸੀ ਅਤੇ ਇਸ ਵਜ੍ਹਾ ਤੋਂ ਸਹੀ ਨਜ਼ਰ ਨਹੀਂ ਆ ਰਿਹਾ। ਬੜੀ ਸੀਲ ਸਾਊ ਮੱਝ ਹੈ ਜਨਾਬ, ਚੈੱਕ ਕਰ ਸਕਦੇ ਹੋ, ਥੱਬਿਆਂ ਦੇ ਹਵਾਨੇ ਨੇ ਜਨਾਬ ਇਹਦੇ ਥੱਲੇ, ਪੁੱਠਾ ਵੇਖ ਸਕਦੇ ਹੋ ਜਨਾਬ, ਤਾਜ਼ੀ ਮੱਝ ਸੂਈ ਹੈ, ਵਜੂਦ ਪੂਰਾ ਵੇਖ ਸਕਦੇ ਹੋ, ਸਿਰਫ ਤਾਜ਼ੀ ਸੂਈ ਹੈ, ਰਾਤ ਨੂੰ ਸੂਈ ਹੈ, ਸੁਬਾਹ ਚੁਆਈ ਹੋਈ ਹੈ। ਵੇਖੋ ਨਾ ਮੈਥੋਂ ਡਰ ਰਹੀ ਹੈ, ਮੂੰਹ ਪੱਟੀ ਖਲੀ ਵੀ ਪਤਾ ਨਹੀਂ ਟੀਕਾ ਲਾਉਣ ਵਾਲਾ ਹੈ ਜਾਂ ਦੁਬਾਰਾ ਕੋਈ ਸਵਾਉਣ ਵਾਲਾ ਮੱਝ ਹੈ। ਇਸ ਵਜ੍ਹਾ ਤੋਂ ਮੱਝ ਥੋੜ੍ਹੀ ਜਿਹੀ ਕਹਿਲ ਹੋਈ ਹੈ, ਕਹਿਲ ਵੀ ਨਹੀਂ ਹੋਈ, ਮੈਂ ਹੱਥ ਲਾਇਆ ਸਕੂਨ 'ਚ ਖਲੀ ਹੈ। ਅਗਰ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਮੱਝ, ਕਿਸੇ ਨੇ ਲੈਣੀ ਹੈ ਮੱਝ, ਅਗਰ ਸਾਡੇ ਨਾਲ ਰਾਬਤਾ ਕਰੋ ਜਨਾਬ। ਸਾਡਾ ਰਾਬਤਾ ਨੰਬਰ ਹੈ ਜੀ 0304-5444-153, ਵਟਸਐਪ ਨੰਬਰ ਹੈ ਜੀ, ਕਾਲ ਨੰਬਰ ਹੈ। ਇਸੇ ਤਰ੍ਹਾਂ ਆਪਣੇ ਵੀਰ ਨੂੰ ਦਿਓ ਇਜਾਜ਼ਤ, ਨਵੀਂ ਵੀਡੀਓ 'ਚ ਹਾਜ਼ਰ ਹੋਵਾਂਗੇ ਜੀ। ਅੱਲਾ ਹਾਫਿਜ਼।